ਕੇਂਦਰ ਸਰਕਾਰ ਦੀ ਅਗਨੀ ਵੀਰ ਯੋਜਨਾ ਤੇ ਇੱਕ ਵਾਰ ਫਿਰ ਸਵਾਲ ਉੱਠ ਰਹੇ ਆ ਅਸਲ ਦੇ ਵਿੱਚ ਪੰਜਾਬ ਦੇ ਇੱਕ ਜਵਾਨ ਦੀ ਡਿਊਟੀ ਦੌਰਾਨ ਜਿਹੜੀ ਮੌਤ ਹੋ ਗਈ ਸੀ ਮ੍ਰਿਤਕ ਦੇ ਨੂੰ ਉਸਦੇ ਘਰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪਹੁੰਚਾਇਆ ਗਿਆ ਫੌਜ ਨੇ ਵੀ ਉਸ ਨੂੰ ਸਲਾਮੀ ਤੱਕ ਜਿਹੜੀ ਨਹੀਂ ਦਿੱਤੀ ਇਸ ਤੇ ਸਾਬਕਾ ਗਵਰਨਰ ਸਤਿਆਪਾਲ ਮਾਲਕ ਨੇ ਵੀ ਸਵਾਲ ਚੁੱਕੇ ਉਹਨਾਂ ਕਿਹਾ ਕਿ ਅਗਨੀ ਵੀਰ ਬਣਾਏ ਹੀ ਇਸ ਲਈ ਹਨ ਤਾਂ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਦੂਜੇ ਪਾਸੇ ਕਿਸਾਨ ਨੇਤਾ ਨੇ ਵੀ ਪੁੱਛਿਆ ਕਿ ਅਮਰਤਪਾਲ ਸਿੰਘ ਨੂੰ ਅੰਤਿਮ ਵਿਦਾਈ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਿਆ ਕੀ ਅਗਨੀ ਵੀਰ ਫੌਜੀ ਨਹੀਂ ਹਨ ਮਾਨਸਾ ਜ਼ਿਲ੍ਹੇ ਦੇ 19 ਸਾਲਾ ਜਵਾਨ ਅੰਮ੍ਰਿਤਪਾਲ ਸਿੰਘ ਦਾ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਮੱਥੇ ਦੇ ਵਿੱਚ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ ਸੀ ਸ਼ੁੱਕਰਵਾਰ ਨੂੰ ਉਸ ਦੀ ਮ੍ਰਿਤਕ ਦੇ ਜੱਦੀ ਪਿੰਡ ਕੋਟਲੀ ਕਲਾਂ ਲਿਆਂਦੀ ਗਈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦਾ ਫੌਜੀ ਸਨਮਾਨ ਹੈ ਜਿਹੜਾ ਨਹੀਂ ਮਿਲਿਆ ਇਸ ਦੌਰਾਨ ਪਿੰਡ ਵਾਲਿਆਂ ਨੇ ਐਸਐਸਪੀ ਸਾਹਿਬ ਨਾਲ ਗੱਲ ਗੱਲਬਾਤ ਕੀਤੀ ਅਤੇ ਪੰਜਾਬ ਪੁਲਿਸ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਲਈ ਅੱਗੇ ਆਈ ਅਤੇ ਪੁਲਿਸ ਵਾਲਿਆਂ ਨੇ ਉਸ ਸੰਸਕਾਰ ਸਮੇਂ ਜਿਹੜੀ ਸਲਾਮੀ ਦਿੱਤੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਫੌਜ ਦਾ ਕਹਿਣਾ ਹੈ ਕਿ ਅਮਰਤਪਾਲ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਇਸੇ ਕਰਕੇ ਨਿਯਮ ਮੁਤਾਬਕ ਉਸ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪ੍ਰਾਈਵੇਟ ਐਂਬੂਲੈਂਸ ਛੱਡਣ ਆਈ ਤਾਂ ਪਰਿਵਾਰ ਨੇ ਉਹਨਾਂ ਤੋਂ ਪੁੱਛਿਆ ਕਿ ਅਮਰਤਪਾਲ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲੇਗਾ ਤੇ ਉਸ ਤੋਂ ਉਹਨਾਂ ਦਾ ਕਹਿਣਾ ਸੀ ਕਿ ਅਗਰੀ ਵੀਰ ਸਕੀਮ ਤਹਿਤ ਭਰੀ ਫੌਜ ਨੂੰ ਸ਼ਹੀਦ ਦਾ ਦਰਜਾ ਨਹੀਂ ਹੈ ਇਸ ਲਈ ਫੌਜੀ ਸਨਮਾਨ ਹੈ ਜਿਹੜਾ ਨਹੀਂ ਮਿਲੇਗਾ ਸੋ ਕਿਸ ਤਰ੍ਹਾਂ ਦੀ ਅਗਨੀ ਬੀਰ ਜਿਹੜੀ ਇਹ ਸਕੀਮ ਚਲਾਈ ਗਈ ਹੈ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਸੋ ਬਿਲਕੁਲ ਇਹ ਸਹੀ ਨਹੀਂ ਹੈ ਕਿ ਪੰਜਾਬ ਦਾ ਹੁਣ ਹਰ 19 ਸਾਲਾ ਜਵਾਨ ਪੁੱਤ ਜਿਹੜਾ ਹਾਲੀ ਦੀ ਵਿੱਚ ਫੌਜ ਦੇ ਵਿੱਚ ਗਿਆ ਸੀ ਟ੍ਰੇਨਿੰਗ ਪੂਰੀ ਕਰਕੇ ਘਟਿਆ ਸੀਗਾ ਸ਼ਹੀਦ ਹੋ ਜਾਂਦਾ ਉਸ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਦਾ ਮਾਪਿਆਂ ਨੇ ਇੱਕ ਲੋਕਤਾ ਪੁੱਤਰ ਵੀ ਜਿਹੜਾ ਆਪਣਾ ਖੋਲਿਆ